सत श्री अकाल दोस्तों, गुड मॉर्निंग, ਤੁਹਾਡੇ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਤੁਹਾਡੇ ਆਪਣੇ ਵਲੌਗ ਤੁਹਾਡੇ ਆਪਣੇ ਚੈਨਲ ਮਿਸਟਰ ਨਿਸ਼ਨ ਜਿਹਰ ਤੇ। ਚਾਹ ਦੇਖੋ ਕਿਚਨ ਸਾਫ ਕਰਤੀ ਆ ਸਵੇਰੇ ਸਵੇਰੇ। ਨਾਸ਼ਤਾ ਕਰ ਲਿਆ ਕਿ ਕਰਨਾ? ਨਾਸ਼ਤਾ ਕਰਨਾ ਹੈ ਲੇਕਿਨ ਬਣਾ ਲਿਆ ਹੋਇਆ ਪ੍ਰੋਪਰ ਕਿ ਸਭ ਡੱਬੇ ਚ ਬਣਾ ਕੇ ਰੱਖ ਲਿਆ ਹੋਇਆ। 10:30 ਵੱਜ ਗਏ, ਇੱਥੇ ਮੈਂ ਚਾਹ ਗਰਮ ਕਰ ਰਹੀ ਆ। ਅੱਜ ਸਬਜ਼ੀ ਗਰਮ ਹੋ ਰਹੀ ਆ, ਆਲੂ ਮਟਰ ਦੀ, ਤੇ ਇੱਕ ਚੀਜ਼ ਦਿਖਾਵਾਂ ਤੁਹਾਨੂੰ ਸਾਰਿਆਂ ਨੂੰ। ਹਾਂ ਦੇਖੋ, ਆ ਮੰਮੀ ਨੇ ਰਾਤੀ ਅੰਬੀਆਂ ਦੀ ਖੱਟੀ ਮਿੱਠੀ ਚਟਨੀ ਬਣਾਈ ਸੀ, ਬੜੀ ਸਵਾਦ ਬਣਦੀ ਆ ਚਟਨੀ। ਸੋ ਇਹਦੇ ਨਾਲ ਆਲੂ ਮਟਰ ਨਾਲ ਕਰਾਂਗੇ ਨਾਸ਼ਤਾ, ਨਾਲ ਹੋਊਗੀ ਗਰਮ ਗਰਮ ਚਾਹ, ਮਜ਼ਾ ਹੀ ਆ ਜਾਏਗਾ। ਬੜੀ ਤੇਜ਼ ਭੁੱਖ ਲੱਗੀ ਹੋਈ ਆ ਕਿਉਂਕਿ ਮੈਂ ਔਰ ਜੀਤ ਨੇ ਰਾਤੀ ਡਿਨਰ ਨਹੀਂ ਸੀ ਕੀਤਾ, ਮਨ ਨਹੀਂ ਸੀ ਕੀਤਾ ਕਰਨ ਦਾ, ਇਸ ਕਰਕੇ। ਸੋ ਬਾਅਦ ਫਟਾਫਟ ਕਰਦੇ ਹਾਂ ਬ੍ਰੇਕਫਾਸਟ, ਤੁਸੀਂ ਉੱਤਰ ਕਰੋ ਚੈਨਲ ਨੂੰ ਸਬਸਕ੍ਰਾਈਬ। ਸੋ ਆਪਾਂ ਤੱਕ ਗਏ ਬ੍ਰੇਕਫਾਸਟ ਕਰੋ, ਬ੍ਰੇਕਫਾਸਟ ਕਰਕੇ ਨਾਸ਼ਤਾ ਕਰਕੇ ਤਿਆਰ ਸ਼ਿਆਰ ਹੋ ਕੇ ਆਪਾਂ ਫੇਰ ਵਾਪਸ ਆ ਗਏ ਆ। ਤੇ ਪਾਪਾ ਸਾਡੇ ਹਜੇ ਤੱਕ ਅੱਜ ਉੱਠੇ ਦੀ ਆ ਸੁੱਤੇ ਆ, ਬਸ ਪਾਪਾ ਹੀ ਰਹਿ ਗਏ ਆ ਬ੍ਰੇਕਫਾਸਟ ਕਰਨ ਵਾਲੇ, ਬਾਕੀ ਸਭ ਨੇ ਕਰ ਲਿਆ। ਤੇ ਦੁਪਹਿਰੀ ਅੱਜ ਬਣਾਉਣੀਆਂ ਤੋਰੀਆਂ, ਤਾਂ ਦੇਖੋ ਮੰਮੀ ਤੋਰੀਆਂ ਕੱਟ ਲਈਆਂ ਕਿਉਂਕਿ ਸਾਡੇ ਜੀਤ ਸਿੰਘ ਜੀ ਤਾਂ ਖਾਂਦੇ ਨਹੀਂ, ਅਸੀਂ ਤਾਂ ਖਾ ਲੈਂਦੇ ਹਾਂ, ਜੀਤ ਨੇ ਚੱਲ ਜਾਣਾ ਕੰਮ 'ਤੇ। ਸੋ ਅਸੀਂ ਚਾਰ ਜਣੇ ਹਾਂ। ਅਤੇ ਇੱਧਰ ਦੇਖੋ ਨਾਸਕਾਰ, ਆਹ ਦੇਖੋ ਚਿਹਰੇ ਚਿਹਰੇ ਨਾਈ ਕਰਕੇ ਰੈਡੀ। ਆਪਾਂ ਇਹਨੂੰ ਗੁਰਦੁਆਰੇ ਲੈ ਕੇ ਚੱਲੇ ਸੀਗੇ ਕਿ ਚੱਲ ਅੱਜ ਤੈਨੂੰ ਵੀ ਲੈ ਜਾਂਦੇ ਹਾਂ, ਲੇਟ ਤਾਂ ਹੋ ਹੀ ਗਏ ਆ, ਹੈ ਨਾ? ਅਤੇ ਅੱਜ ਤੂੰ ਵੀ ਚੱਲ ਰਹਿ, ਲਾਤੀ ਹੋਈ ਆ, ਰੈਡੀ ਹੋਈ ਹੋਈ ਆ, ਚੱਲ ਤੈਨੂੰ ਮੱਥਾ ਟਿਕਾ ਕੇ ਲਿਆਈਏ। ਹੁਣ ਉਹਨੂੰ ਇੰਤਜ਼ਾਰ ਨਹੀਂ ਹੋ ਰਿਹਾ ਕਿ ਬਾਬਾ ਜੀ ਚੱਲੋ, ਬਾਬਾ ਜੀ ਬਰਜੀਤ ਆਪਣਾ ਮੋਡੀਫਾਈਡ ਹੱਬ ਦਾ ਵਲੌਗ ਪਾ ਰਿਹਾ, ਮਤਲਬ ਵੀਡੀਓ ਪਾ ਰਿਹਾ, ਤਾਂ ਕਰਕੇ ਹੁਣ ਉਹ ਬਾਹਰ। ਦੇਖੋ ਆਂਟੀ ਨੇ ਪੋਚਾ ਵੀ ਨਹੀਂ ਲਾਉਂਦੇ ਨੇ। ਹੋਰ ਮੰਮੀ, ਕਿੱਡੀ ਪਾਰਟੀ ਵਾਲੀ ਮੰਮੀ ਮਾਰੀ, ਹੈਂ? ਤੁਹਾਨੂੰ ਯਾਦ ਕਰਦੀਆਂ ਹੋਣਗੀਆਂ ਆਂਟੀਆਂ। ਮੰਮੀ ਦਾ ਨਮਕ ਵੀ ਵਾਰਨਾ ਹੈ, ਵਾਰਿਆ ਸੀ ਰਾਤੀ, ਨਜ਼ਰ ਲੱਗ ਗਈ ਸੱਚੀ ਲੱਗੀ ਹੋਈ। ਹਾਂ, ਅਸੀਂ ਨਾ ਹੁਣ ਸਾਰੇ ਰੂਟੀਨ ਬਣ ਗਏ ਸਵੇਰੇ ਦਾ, ਰਾਤੀ ਮੈਂ ਅਲਾਰਮ ਲਾਉਣਾ ਭੁੱਲ ਗਈ, ਇਸ ਚੱਕਰ 'ਚ ਅਸੀਂ ਅੱਜ ਲੇਟ ਹੋ ਗਏ ਜਾਣ ਤੋਂ। ਅਤੇ ਹੁਣ ਆਪਾਂ ਸਾਰੇ ਸਵੇਰੇ ਨਹਾ ਲੈਂਦੇ, ਸਾਡੀ ਕੁੜੀ ਵੈਸੇ ਬਹੁਤ ਕਾਲੀ ਰਹਿੰਦੀ ਹੈ, ਹੈਨਾ? ਉੱਠਦੇ ਹੀ ਕਹਿੰਦੀ ਨਾਈ ਨਾਈ ਚੱਲੋ, ਨਾਈ ਨਾਈ ਚੱਲੋ। ਹਾਂ, ਫਿਰ ਨਹਾਉਣਾ ਵੀ ਮੰਮੀ ਦੇ ਨਾਲ ਹੀ ਹੈ, ਕਿਸੇ ਦੇ ਨਾਲ ਨਹੀਂ ਨਹਾਉਣਾ ਵੀ, ਮੰਮੀ ਵੀ ਨਾਲ ਨਹਾਏਗੀ ਅਤੇ ਦੋਨੋਂ ਦਾਦੀ ਪੋਤੀ ਫਿਰ ਨਹਾ ਕੇ ਆਉਂਦੀਆਂ। ਹੁਣ ਸਭ ਤੋਂ ਅਸੀਂ ਤਿਆਰ ਬੈਠੇ ਹਾਂ, ਸਵਾਏ ਪਾਪਾ ਉਹ ਦੇਖੋ ਹਿਲਦੇ ਪਏ ਆ। ਹਾਂ, ਸਾਡੇ ਆਲਮੋਸਟ ਸਾਰੇ ਕੱਪ ਸਵੇਰ ਹੋ ਜਾਂਦਾ, ਬਸ ਉਹਦਾ ਸਾਫ਼ ਸਫਾਈ ਕਰਦੀ ਹੈ, ਉਹ ਆ ਕੇ ਫਿਰ ਜੋ ਹੈ ਸਾਫ਼ ਸਫਾਈ ਆਪਾਂ ਕਰ ਲੈਣੀ ਆ, ਨਾਲ ਫਿਰ ਅੱਜ ਕੁਛ ਰੀਲਸ ਵੀ ਬਣਾ ਲਓ। ਉੱਠ ਗਏ ਪਾਪਾ, ਗੁੱਡ ਮਾਰਨਿੰਗ, ਛੁੱਟ ਗਏ ਲੱਗ ਬਾਜੀ, ਚੁੰਨੀ ਹੈਂਡ 'ਚ ਲੈ ਲਓ। ਇਹ ਫਰੋਕ ਨਾ ਨਾਜ਼ ਦੀ ਫੇਵਰੇਟ ਆ, ਨਾਜ਼ ਨੂੰ ਬਹੁਤ ਪਸੰਦ ਆ, ਅਤੇ ਦੱਸਦੀ ਵੀ ਹੈ ਕਿੱਡੀ ਪਾਈ ਹੋਈ। ਇਹ ਆ ਨਹੀਂ ਚੱਲੇ, ਚਲੋ ਬਾਬਾ ਜੀ ਮੱਥਾ ਟੇਕ ਕੇ ਆਈਏ, ਚਲੋ। ਕਹਿੰਦੀ ਦਾਦੀ ਨੂੰ ਨਹੀਂ ਲੈ ਕੇ ਜਾਣਾ, ਅਸੀਂ ਕਹਿੰਦੀ ਦਾਦੀ ਨੂੰ ਮੈਂ ਦਾਦੀ ਇੱਥੇ ਹੀ ਛੱਡ ਗਈ, ਕਹਿੰਦੀ ਕੋਈ ਗੱਲ ਨਹੀਂ ਜਾ ਚੱਲ। ਹਾਂ, ਸਾਈ ਸਾਈਕਲ ਨਹੀਂ ਲੈ ਕੇ ਜਾਣੀ, ਸਕੂਟੀ 'ਤੇ ਜਾਵਾਂਗੇ ਅਸੀਂ, ਚਲੋ। ਹਾਂ ਨਾਸਕੌਰ, ਉਹ ਬੀਬੀ ਨਾਸਕੌਰ, ਬਾਬਾ ਜੀ ਆਇਆ, ਚਲੋ ਬਈ ਮੱਥਾ ਟੇਕੋ, ਚਲੋ ਅੰਦਰ। ਮੈਚਿੰਗ ਲੈ ਕੇ ਆਈਏ, ਦੇਖੋ। ਹਾਂ, ਮੈਨੂੰ ਤੁਰਦੀ ਦੇ, ਕਿਦਾਂ ਜਾਂਦੀ ਹੈ? ਮੈਨੂੰ ਬਲੈਕ ਵਾਲਾ ਦਿੱਤਾ ਜਿਹੜਾ ਮੈਂ ਲਿੱਤਾ ਸੀ, ਕਹਿੰਦੀ ਨਹੀਂ ਉਹ ਦੂਜਾ ਦੇ ਮੈਨੂੰ। ਚੱਲ ਚੱਲ ਮੈਨੂੰ ਚੱਲ, ਫਟ ਗਈ ਫਟ ਗਈ ਫਟ ਗਈ ਫਟ ਗਈ, ਉਹ ਦੇ ਗਏ ਹੁਣੇ ਹੁਣੇ ਵਿਚਾਰੇ ਨੇ ਡਾਂਟ ਖਾਧੀ, ਫਿਰ ਉਹ ਨਾਲ ਨਾਲ ਬੱਤੀ ਚਲੀ ਗਈ। ਇੰਸਟਾ ਤੇ
एक फॉलोवर सब्सक्राइबर अपनी फैमिली ने रिप्लाई करके हटिया इनोसेंट गल करके उन्होंने दी आइडिया क्योंकि मैं फिर भूल जावांगी इस तो अच्छा मैं कर दवा फिर कमेंट करते हैं कि तुसी नाम नहीं लिता क्योंकि स्किप हो जाता है। एक निमरत है दीदी बटाले तो ना ਨਿਮਰਤ ਸੀਗੇ ਬਟਾਲੇ ਤੋਂ ਫਿਰ ਨਾ ਤਾਈਓ ਕਰਕੇ ਸਕਿੱਪ ਹੋ ਜਾਂਦਾ ਸੋ ਮੈਂ ਕਿਹਾ ਲੈ ਲਵਾਂ ਉਹਨਾਂ ਦਾ ਹੈਪੀ ਬਰਥਡੇ ਮਨਪ੍ਰੀਤ ਤੇ ਗੋਡ ਬਲੈਸ ਯੂ ਇੱਦਾਂ ਹੀ ਖੁਸ਼ ਰਹੋ ਹਰ ਸਾਲ ਮਸਤ ਮਜ਼ੇ ਨਾਲ ਆਪਣਾ ਬਰਥਡੇ ਮਨਾਉਂਦੇ ਰਹੋ ਤੇ ਇੱਕ ਨਿਮਰਤ
ਮੰਮੀ ਫਿਰ ਤਾਂ ਸਾਡੀ ਨਈਆ ਪਾਰ ਟੇਲਰ ਵਾਲਾ ਨਵਾਂ ਟੇਲਰ ਵਾਲਾ ਜੇ ਤਾਂ ਫਿੱਟ ਬੈਠ ਗਏ ਹੈ ਨਾ ਬਿਲਕੁਲ ਸਹੀ ਫਿਟਿੰਗ ਆ ਗਈ ਸੂਟ ਫਸਟ ਕਲਾਸ ਸੀਤਾ ਫਿਰ ਤਾਂ ਮੈਂ ਦੋ ਦੇਣ ਸੀਨੇ ਦੇਣਾ ਦੇ ਆਉਂਗੀ ਕਿਉਂਕਿ ਆਪਾਂ ਦਿੱਲੀ ਜਾਣਾ ਆ ਫੰਕਸ਼ਨ ਲਈ ਵੀ ਸੂਟ ਚਾਹੀਦਾ ਪਰ ਮੈਂ ਡਿਜ਼ਾਈਨਰ ਸੂਟ ਥੋੜੇ ਜਿਹੇ ਸਵਾਨੇ ਆ ਤਾਂ ਦੇਖ ਰਿਹਾ ਗੁਰੀ ਦੇ ਫੰਕਸ਼ਨ ਤੇ ਕਿਹੜੇ ਕੱਪੜੇ ਪਾਵਾਂਗੇ ਫਿਰ ਉਸ ਹਿਸਾਬ ਨਾਲ ਹੋਊਗਾ ਬਟ ਪਹਿਲੇ ਜਾ ਕੇ ਦੇਖ ਆਈ ਆ ਹਾਂ ਸਭ ਨੇ ਸਹੀ ਗੈਸ ਕੀਤਾ ਸੀ ਗੁਰੀ ਦਾ ਬਰਥਡੇ ਸਿਰਫ ਇੱਕੋ ਹੀ ਕਮੈਂਟ ਆਇਆ ਸੀਗਾ ਕਿ ਅਗਮ ਦਾ ਬਰਥਡੇ ਆ ਬਸ ਇੱਕ ਦੋ ਆਏ ਸੀਗੇ ਉਸ ਤੋਂ ਬਾਅਦ ਅਦਰਵਾਈਜ਼ ਸਾਰੇ ਗੁਰਸਾਂਜ ਦੇ ਹੀ ਆਏ ਆ मम्मी हुनी छड्डन नहीं दिंदे तो इस करके मम्मी मैनूं इधर दा करके बोल रही है कि तू कहंदी है मैं छड्ड देना ते फैमिली देख किन्नी प्यार करदी है मैं बहुत दिनां दी इहनां नूं कहंदी पई आ मम्मी छड्ड देना या छड्ड देना कमेंट करके दस्यो तुहानू चाहिदा आ ते तुहाडे लई वीडियो लैके आवांगे भावे सानू एक दिन एक्स्ट्रा रुक के तुहाडे लई व्लॉग शूट करना पए लियाना पए पर लैके आवांगे हां ठीक है तिलक नगर दा मंगल बाजार हो गया उस तो अलावा सरोज नगर मार्केट होगी रजौरी मार्केट होगी ठीक है उस तो अलावा कुछ वधिया वधिया जगह खान पीन वाली करोल बाग मार्केट होगी मेन मेन बस ही बोलते थे हर बार पर सानू उठे जाके टाइम नहीं लग पांदा पता नहीं क्यों असी बहुत ज्यादा बिजी हो जन्ने आ दिल्ली जाके पर सरोज नगर मार्केट मैं जाना ही जाना आ ठीक है सरोजनी नगर जावांगे ही जावांगे ठीक है फिर तुहानू सारयां नूं भी दिखावांगे बस अंदर बहुत ज्यादा शोर पिया आया जशन आ जांदा पापा नाल पंगे लैन फिर बाद च गाला खांदा कुट खांदा देखो जा रहा कुट खांदा होया पंगे लैंदा पहले सब दे नाल ओ देख सुई ला रही है सुई लाई है नहीं थले नहीं आना चार तो छे बजे तक आंदा टाइम आए छोले पूड़िया होंगे चलो ता करके बहुत भीड़ होंगी धूप च चलने आप गली गली चो निकल जाना तुरेंगी बहुत वधिया डिसीजन लिता पुत्र तुसी चलो मम्मी दे दोनों मुंडे मम्मी नु कह रहे हैं साड़ी किटी पार्टी वाली मम्मी आ गई है तंबोला खेल के हाँ वो देखो भी बोल रही है किटी पार्टी दीदी दे करो आके सही सीगे पैंट वेंट एकदम फर्स्ट क्लास सीती सी उन्होंने शर्ट भी एकदम सही से सी एक सूट और सीना दे आए हैं जोड़ा मैं भोगपुर तो कोका कोला वाला लियाई सी तुम बड़ा सीना देखे मम्मी का पहले दा है मम्मी ने लिखता हुआ उस तो बाद आ जाएंगे फिर आप फंक्शन लिए सूट देने जावे वो भी डिसाइड करना हजे केड़े पाने है ना हजे कुछ पता नहीं है देखा बाकी हूँ देखो इतने रोटी खा रहे देखो जी आप जाना कच्चा ब्रांड दे पग डाई बन गए ये सबसे डिफरेंट सारे तुम देखे पापा लॉन्ग बूट पाने तो वो तो खरीदने पड़ेंगे लॉन्ग बूट
ਬਨੈਣ ਨੇ ਢਾਈ ਲਾਣੀ ਤੇ ਵਾਗ ਬਣੀ ਮੰਮੀ ਆਪ ਵੀ ਕੁਛ ਐਸਾ ਡਿਫਰੈਂਟ ਪਹਿਨੋ ਫਿਰ ਸਭ ਕੀ ਨਜ਼ਰ ਆਪ ਦੋਨੋਂ ਫਿਰ ਹੈ ਹੈ ਫਿਰ ਤੁਹਾਨੂੰ ਮਿਲੇ ਬੈਸਟ ਕਪਲ ਦਾ ਹੋਰ ਬਿਕਨੀ ਲੈਣੀ ਗਲੇ ਸੈਟ ਸੂਟ ਪਾ ਕੇ गुरी ਦੇ ਬਰਥਡੇ ਤੇ पापा और मम्मी ने चाटी की लस्सी पी रहा मैं घरे दही की लस्सी बनाई है मिठी मैं पी रही हूँ नाल अपनी अपना ए चटनी अंबिया की हूँ जब तक मुकनी नहीं आई चलूगी फिर मुक जूगी दोबारा बन जाएगी है ना हूँ हर जिन जिनी बार रोटी खानी है देखो मेरी लस्सी तो डाके पै रहे हैं देखो पहले ए डाका मार गए हूँ वो देखो पापा जी डाका मार गए चाचे जाके जिथे स्कूल छड्डन जाने ना गुरु गोबिंद मैन्यू उथो छली ले आई देख लो मतलब इन्ना ही जिद इन्नी जिद मैं चाहिए चाहिए है जो मर्जी कर लो हुणे ही चाहिए है जिथो मर्जी लप के लियाओ आजा दादी खोल दे आजा। फिर रोंदी रहिंदी है अपना भी दिमाग खराब हुंदा रहिंदा कि रो रही है ना बिना मतलब रोई जा रही है फिर हार के हरजी लेके गया ते दुआ तू बहुत गंदा बच्चा है तू बहुत गंदा हस ना तू तारीफ नहीं कर रही मैं तेरी बॉयल छली दे पीछे देखो देखो डांस हुन ता डांस निकल रहा मम्मी हुन तू नहीं तोड़ सकती टीचर चा खाला हूं छली देखो गिद्दा कर दी मैं रोटी तो मैं चॉकलेट खाने ले आई सी छली मम्मी ने फड़ा के चॉकलेट खा गई नहीं खानी 7 बजे थैंक यू अडाल तू डरन का बहुत शौक है देखो पापा तू कह रही भूत बनो डर दी बस करो सही करो आईस जीत डर गई तू चला जा फिर वापस आपको पता है जिसने क्या किया असि टेलर दे थे दीदी दे करो आ रहे थे सूट ट्राई करके ते से राजपा जी लीली गली तो आए ते छली वाला जा रहा सीगा असि पैसे थोड़ी लाके गए सी तो सूट ट्राई करन गए सी भाई चला गया क्योंकि गड्डियां निकल रही सी ए पिट मरी अबे ते तबे छली चाहिए थी मेनू बॉयल वाली छली पापा धुप च घूम के आए उथे चड्डे जी रोड पूरी छली वाला नहीं मिलया ए उत्ते कुड़ी ते चौपी नहीं हुई हार के हरजी लैके गया गुरु गोबिंद मैन्यू तो छली मिली तो लैके कार आई तो चुप हुई खाली सी पर जिद करके लीती सी खादी भी है हां आप निकले इधर भी आ जिदा ही पुल के थले निकले शॉट मारिया कौए ने है लो मैं साफ करा पूरा शॉट पे फोन जो है ना स्पीकर का थोड़ा हुआ तो टेंपर टूट गया हुआ वो सही करान चलिया तो स्पीकर साफ करान चलिया आवाज नहीं आती ਨਾਲੇ ਮੇਰੇ ਫੋਨ ਦਾ ਫਰੈਂਡ ਦਾ ਫੋਨ ਆਇਆ ਉਹਦਾ ਟੈਬ ਨਵਾਂ ਲੈਣਾ ਤੇ ਉਹ ਕਹਿੰਦਾ ਤੂੰ ਜਾ ਕੇ ਲੈ ਕੇ ਆ ਮੈਂ ਤੇਰੇ ਵੱਲੋਂ ਚੱਕ ਲਾਂਗਾ ਹਾਂ ਉਹ ਲੈਣ ਚੱਲੇ ਲੋ ਜੀ ਨਿਊ ਆਈਪੈਡ ਲੈਣਾ ਸੀਗਾ ਸੋ ਲੈ ਲਿਆ ਬਹੁਤ ਸੋਹਣਾ ਆ ਪਰ ਅਸੀਂ ਹਜੇ ਆਪਣੇ ਲਈ ਨਹੀਂ ਲਿੱਤਾ ਪਰ ਅਸੀਂ ਸੋਚ ਲਿਆ ਕਿ ਅਨਾਲ ਨੂੰ ਫਿਊਚਰ 'ਚ ਜ਼ਰੂਰ ਲੈ ਕੇ ਆਵਾਂਗੇ ਭਾਈ ਨੂੰ ਕਿਹਾ ਕੋਈ ਬੈਫਡੀ ਲਾਉਗੀ ਤੇ ਦੱਸ ਦਿਓ ਹਜੇ ਨਹੀਂ ਹਜੇ ਬਹੁਤ ਜ਼ਿਆਦਾ ਛੋਟੀ ਆ ਜਦੋਂ
ਜਿੱਦਾਂ ਪ੍ਰੋਪਰ ਜਦੋਂ ਹਾਈ ਸਕੂਲ ਚ ਜਾਣ ਲੱਗ ਗਈ ਹੈ ਨਾ ਸੈਕੰਡ ਕਲਾਸ ਦੀ ਹੋ ਗਈ ਤਾਂ ਉਹਦੀ ਜਦੋਂ ਸਟੱਡੀ ਬਹੁਤ ਜ਼ਿਆਦਾ ਹਾਰਡ ਹੋ ਗਈ ਉਦੋਂ ਉਹਨੂੰ ਲੈ ਕੇ ਦਵਾਂਗੇ ਫੋਰ ਸਟੱਡੀ ਸੋ ਇਹ ਚ ਕਾਲਿੰਗ ਵਗੈਰਾ ਕੁਝ ਨਹੀਂ ਹੁੰਦੀ ਜ਼ੂਮ ਹੁੰਦਾ ਆ ਤੇ ਆਪਣਾ ਬੱਚਾ ਕੰਮ ਕਰ ਸਕਦਾ ਸੋ ਉਹਨੂੰ ਜ਼ਰੂਰ ਲੈ ਲਾਂਗੇ ਤੇ ਬਾਕੀ ਮੰਮੀ ਦਾ ਫੋਨ ਵੀ ਠੀਕ ਕਰਾਤਾ ਆ ਦੇਖੋ ਫਸਟ ਕਲਾਸ ਹੋ ਗਿਆ ਆਵਾਜ਼ ਵੀ ਆ ਗਈ ਹੈ ਟੈਂਪਰ ਟੁੰਪਰ ਵੀ ਵਾਤਾ ਮਸਤ ਹੋ ਗਿਆ ਹੁਣ ਪਹਿਲੇ ਬੜਾ ਗੰਦਾ ਹੋਇਆ ਹੋਇਆ ਸੀ ਆ ਪਾਪਾ ਦਾ ਵਨ ਪਲੱਸ ਦਾ ਲੈ ਲਈਏ ਹਾਂ ਪਾਪਾ ਦੇ ਫੋਨ ਦਾ ਟੈਂਪਰ ਲੈਣਾ ਮੰਮੀ ਰਸਤੇ 'ਚ ਸਾਡੇ ਨਾਲ ਬਹੁਤ ਮਾੜੀ ਹੋਈ ਅਸੀਂ ਦਮੋਰੀਆ ਪੁਲ ਵਾਲਾ ਉੱਥੋਂ ਨਿਕਲੇ ਥੱਲੇ ਫਾਟਕ ਕ੍ਰੋਸ ਕਰਕੇ ਅੱਗੇ ਨੂੰ ਗਏ ਜਿੱਦਾਂ ਹੀ ਅਸੀਂ ਨਿਕਲੇ ਕਬੂਤਰ ਨੇ ਸਾਡੇ ਉੱਤੇ ਸ਼ਿਟ ਕਰਤੀ ਜੀਤ ਦੇ ਐ ਕੰਨ ਦੇ ਇੱਥੋਂ ਥੱਲੇ ਮੇਰੇ ਤੇ ਬਾਹ ਤੇ ਛਿੱਟੇ ਪਏ ਆ ਪਾਪਾ ਦੇ ਵੀ ਕੀਤੀ ਸਾਡੇ ਵੀ ਜੀਤ ਕਹਿੰਦੇ ਅੱਛਾ ਹੁੰਦਾ ਆ ਕਹਿੰਦੇ ਮੰਮੀ ਨੂੰ ਪੁੱਛੀ ਜਾ ਕੇ ਮੰਮੀ ਕਹਿੰਦੇ ਆ ਫਿਰ ਉਹ ਗਲਤ ਕੁਛ ਛਿਪਕਲੀ ਦਾ ਕਹਿਣਾ ਹੋਏਗਾ ਉਹਨਾਂ ਨੇ ਕਬੂਤਰ ਦਾ ਤੇ ਇਹ ਹੋ ਗਿਆ ਹੁਣ ਜੀਤ ਨੇ ਆ ਕੇ ਨਹਾਉਣਾ ਆ ਮੈਂ ਵੀ ਬਸ ਹੁਣ ਕੱਪੜੇ ਬਦਲਣ ਲੱਗੀ ਹਾਂ ਤੇ ਫਿਰ ਆਪਾਂ ਲੰਗਰ ਲੁੰਗਰ ਛਕਦੇ ਹਾਂ ਅੱਜ ਅਸੀਂ ਬਣਾਈ ਹੈ ਪਾਪਾ ਬਲੂਟੁੱਥ ਬੰਦ ਕਰੋ ਅੱਜ ਅਸੀਂ ਬਣਾਈ ਹੈ ਮੂੰਗੀ ਮਸਰਾਂ ਦੀ ਦਾਲ ਨਾਲ ਕਰੇਲੇ ਆਲੂ ਪਿਆਜ਼ ਚ ਪਾ ਕੇ ਜਾਓ ਮੈਂ ਰੋਟੀ ਬਣਾਉਂਦੀ ਹਾਂ ਹੈਲੋ ਹੈਲੋ ਤੂੰ ਕਿੰਨੀਆਂ ਸ਼ਰਾਰਤਾਂ ਕਰਦੀ ਹੈ ਨਾ ਮੂਨ ਕਿੱਥੇ ਮੂਨ ਉੱਤੇ ਹੁੰਦਾ ਬਾਹਰ ਕਿਹੜੀ ਕਿਹਦੀ ਮੂਨ ਆਸਮਾਨ ਤੇ ਹੁੰਦਾ ਸਪਾਏ ਤੇ ਅੱਛਾ ਪੋਇਮ ਸੁਣਾ ਦੇ ਚੱਲ ਸੁਣਾ ਅੱਛਾ ਚੱਲ ਠੀਕ ਹੈ ਕਾਊਂਟਿੰਗ ਬੋਲਦੇ ਆ 1 2 3 ਅੱਗੇ ਅੱਗੇ ਬੋਲੋ ਨਾ ਬੜਾ ਹੀ ਹੱਸਦੀ ਹੈ ਅੱਛਾ ਚੱਲ ਫੇ ਹਾਂ 1 ਨੂੰ ਕਹਿੰਦੀ 1 2 3 4 5 6 ਅੱਗੇ ਚੁਰਾਤੀ ਬੱਚਾ ਬਹੁਤ ਚਾਤੀ ਬੱਚਾ ਅਰੇ ਚੱਲ ABC ਵੀ ਸੁਣਾ ਦੇ ਚੱਲ ABC A for apple B for ball C for cat ਸ਼ਾਬਾਸ਼ D for cat dog D for dog ਅੱਛਾ ਅੱਜ ਮੇਰੀ ਗੱਲ ਅੱਗੇ ਦੇ ਨਾਮ ਨੂੰ ਦੇਖਿਆ ਕਿੱਦਾਂ ਹੱਸਦੀ ਹੈ ਤੇਰਾ ਮੇਰਾ ਪੁੱਤ ਹੈ ਅਰੂ ਮੇਰਾ ਪੁੱਤ ਹੈ ਤੇਰਾ ਪੁੱਤ ਹੈ ਤੇਰਾ ਕੀ ਹੈ ਤੇਰਾ ਤੇ ਪਾਪਾ ਮੇਰਾ ਤੇ ਪੁੱਤ ਹੈ ਆਪਣੀ ਕਾਰ ਕਿੱਥੇ ਹੈ ਅੱਛਾ ਅਰੂ ਨੇ ਟਿੱਕਾ ਕਿੱਥੋਂ ਲਾਇਆ ਸੀ ਬਾਬਾ ਜੀ ਉੱਥੇ ਮੰਦਿਰ ਅੱਜ ਹੈ ਨਾ ਮੰਦਿਰ ਗਈ ਸੀ ਤੇ ਮੰਦਿਰ ਟਿੱਕਾ ਲਗਾ ਕੇ ਆਈ ਆ ਹੋਰ ਪੰਡਿਤ ਜੀ ਕੀ ਕਹਿੰਦੇ ਸੀ ਸ਼ਾਹ ਦਿੱਤਾ ਸੀ ਤੈਨੂੰ ਪੰਡਿਤ ਜੀ ਨੇ ਅੱਛਾ ਮੇਰੇ ਵੀ ਟਿੱਕਾ ਲਾ ਦਿੱਤਾ ਮੇਰੇ ਵੀ ਲਾਤਾ ਜੀ ਟਿੱਕਾ ਹੈਂ ਪ੍ਰਸ਼ਾਦ ਸਾਰਾ ਖਾ ਗਈ ਦਾਦੀ ਲਈ ਲੈ ਕੇ ਹੀ ਨਹੀਂ ਆਈ ਸਾਰੀ ਖਾ ਗਈ ਅੱਛਾ ਉਹ ਹੁਣ ਰੋਟੀ ਕਿੱਥੇ ਖਾਣੀ ਹੈ ਅੱਛਾ ਦੁਨੀਆ ਤੂੰ ਗੋਲ ਤੂੰ ਵੀ ਗੋਲ ਹਮ ਵੀ ਗੋਲ ਦੁਨੀਆ ਗੋਲਮ ਗੋਲ ਅੱਛਾ ਅੱਧੀ ਰਾਤੀ ਅਨਾਸ ਕੌਰ ਜੀ ਬਣਾ ਰਹੇ ਆ ਆਪਣੇ ਪਾਪੇ ਲਈ ਲੱਸੀ ਅਨਾਸ ਕੌਰ ਜੀ ਲੱਸੀ ਬਣਾ ਰਹੇ ਹੋ ਹਾਂ ਚਲੋ ਬਣਾਓ ਬਣਾਓ ਕੈਰੀ ਔਨ ਲੱਸੀ ਜਦਕਿ ਮੈਂ ਸਾਰੀ ਪੀ ਚੁੱਕਾ ਮੈਂ ਫੇਰ ਲੱਸੀ ਬਣਾ ਦੇਖਿਓ ਕੁੱਕੀ ਵਧੀਆ ਹੈ ਚੱਲ ਬਈ ਲੱਸੀ ਬਣ ਗਈ ਪੀ ਲਾ ਚਲੋ ਅਨਾਸ ਕੌਰ ਦੇ ਕਹਿੰਦੇ ਬਹੁਤ ਸਵਾਦ ਆ ਬਹੁਤ ਸਵਾਦ ਬਹੁਤ ਅਤੀ ਉੱਤਮ ਅਨਾਸ ਅਤੀ ਉੱਤਮ
हाँ जी फिर आप इतने ब्लॉग का एंड करते हैं। रात दिन सवा एक बज चुका है, देखो मैं तुम्हें दिखाई हाँ देखो कि अरनासको साड़ी हूँ जाके टिकी है। सोन फाइनली आप लगे सोन शूट नहीं किया क्योंकि टाइम नहीं मिले शूट कर बाला ते ऑयल लगवाया मम्मी तो चंगी तरह मसाज कराई है सवेरे हैंड वॉश करा। सो ब्लॉग किदा का लगा कमेंट करके जायो, वीडियो में लाइक शेयर कमेंट इंस्टा पर फॉलो जरूर करो तो यूट्यूब पर भी सब्सक्राइब जरूर करो। तो बस मिलना थोड़ा कल एक और वधिया जिहा ब्लॉग के नाल। बाय बाय।